ਦੋਸਤੋ, ਇਹ ਹੈ ਲੰਡਨ ਦੀ ਸਲਵਾ ਹੁਸੈਨ। ਇਸਦਾ ਦਿਲ ਸਰੀਰ ਵਿੱਚ ਨਹੀਂ ਬਲਕਿ ਇੱਕ ਬੈਗ ਦੇ ਵਿੱਚ ਧੜਕਦਾ ਹੈ ਤੇ ਫਿਰ ਵੀ ਜਿਉਂਦੀ ਹੈ। ਜੀ ਹਾਂ, ਇਹ ਆਰਟੀਫਿਸ਼ੀਅਲ ਦਿਲ 7 ਕਿਲੋ ਦੀ ਮਸ਼ੀਨ ਦੇ ਸਹਾਰੇ ਜਿਉਂਦੀ ਹੈ। ਇਸ ਬੈਗ ਨੂੰ ਆਪਣੇ ਨਾਲ ਹਰ ਜਗ੍ਹਾ ਲੈ ਕੇ ਜਾਂਦੀ ਹੈ। ਉਸਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਦੋਂ ਇਹ ਘਰ ਦੇ ਵਿੱਚ ਇਕੱਲੀ ਸੀ ਤਾਂ ਉਸਨੂੰ ਅਚਾਨਕ ਹਾਰਟ ਅਟੈਕ ਆਇਆ, ਪਰ ਉਹ ਘਬਰਾਈ ਨਹੀਂ ਤੇ ਹਿੰਮਤ ਜੁਟਾ ਕੇ ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਇਸਨੂੰ ਐਮਰਜੈਂਸੀ ਹਾਰਟ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਸੀ। ਪਰ ਡੋਨਰ ਨਾ ਮਿਲਣ ਕਾਰਨ ਤੇ ਇਹ ਸਰਜਰੀ ਬਹੁਤ ਔਖੀ ਹੋਣ ਕਰਕੇ ਇਸਦੀ ਜਾਨ ਬਚਾਉਣ ਲਈ ਇੱਕ ਆਰਟੀਫਿਸ਼ੀਅਲ ਦਿਲ ਮਸ਼ੀਨ ਫਿੱਟ ਕੀਤੀ ਗਈ। ਸਲਮਾ ਹੁਸੈਨ ਮੁਤਾਬਕ ਉਹ ਇਹ ਮਸ਼ੀਨ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਕਾਫ਼ੀ ਲੰਬਾ ਸਮਾਂ ਬਿਮਾਰ ਹੀ ਰਹੀ। ਇਸ ਮਸ਼ੀਨ ਵਿੱਚ 2 ਬੈਟਰੀਆਂ ਲੱਗੀਆਂ ਹਨ। ਇਸਦਾ ਪੰਪ ਦਿਲ ਵਾਂਗ ਸਾਰੇ ਅੰਗਾਂ ਨੂੰ ਖੂਨ ਸਪਲਾਈ ਕਰਦਾ ਹੈ। ਸਲਮਾ ਹੁਸੈਨ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਸਲਮਾ ਹੁਸੈਨ ਨੇ ਦੱਸਿਆ ਸੀ ਕਿ ਇਸ ਮਸ਼ੀਨ ਦੀ ਬੈਟਰੀ ਖਤਮ ਹੋਣ ਤੇ ਇਸ ਨੂੰ ਬਦਲਣ ਦਾ ਸਮਾਂ ਸਿਰਫ 90 ਸੈਕਿੰਡ ਹੁੰਦਾ ਹੈ, ਜ਼ਰਾ ਜਿੰਨੀ ਦੇਰ ਮੌਤ ਦਾ ਕਾਰਨ ਬਣ ਸਕਦੀ ਹੈ। ਦੋਸਤੋ, ਤੁਸੀਂ ਦੇਖ ਸਕਦੇ ਹੋ ਵੀ ਸਾਇੰਸ ਅੱਜ ਕੱਲ੍ਹ ਕਿੱਥੇ ਤੱਕ ਪਹੁੰਚ ਗਈ ਹੈ ਅਤੇ ਸਾਡੇ ਲੋਕ ਧਰਮਾਂ ਨੂੰ ਲੈ ਕੇ ਹੀ ਲੜਦੇ ਆ ਰਹੇ ਹਨ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਦੋਸਤੋ, ਇਹ ਹੈ ਲੰਡਨ ਦੀ ਸਲਵਾ ਹੁਸੈਨ। ਇਸਦਾ ਦਿਲ ਸਰੀਰ ਵਿੱਚ ਨਹੀਂ ਬਲਕਿ ਇੱਕ ਬੈਗ ਦੇ ਵਿੱਚ ਧੜਕਦਾ ਹੈ ਤੇ ਫਿਰ ਵੀ ਜਿਉਂਦੀ ਹੈ। ਜੀ ਹਾਂ, ਇਹ ਆਰਟੀਫਿਸ਼ੀਅਲ ਦਿਲ 7 ਕਿਲੋ ਦੀ ਮਸ਼ੀਨ ਦੇ ਸਹਾਰੇ ਜਿਉਂਦੀ ਹੈ। ਇਸ ਬੈਗ ਨੂੰ ਆਪਣੇ ਨਾਲ ਹਰ ਜਗ੍ਹਾ ਲੈ ਕੇ ਜਾਂਦੀ ਹੈ। ਉਸਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਦੋਂ ਇਹ ਘਰ ਦੇ ਵਿੱਚ ਇਕੱਲੀ ਸੀ ਤਾਂ ਉਸਨੂੰ ਅਚਾਨਕ ਹਾਰਟ ਅਟੈਕ ਆਇਆ, ਪਰ ਉਹ ਘਬਰਾਈ ਨਹੀਂ ਤੇ ਹਿੰਮਤ ਜੁਟਾ ਕੇ ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਇਸਨੂੰ ਐਮਰਜੈਂਸੀ ਹਾਰਟ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਸੀ। ਪਰ ਡੋਨਰ ਨਾ ਮਿਲਣ ਕਾਰਨ ਤੇ ਇਹ ਸਰਜਰੀ ਬਹੁਤ ਔਖੀ ਹੋਣ ਕਰਕੇ ਇਸਦੀ ਜਾਨ ਬਚਾਉਣ ਲਈ ਇੱਕ ਆਰਟੀਫਿਸ਼ੀਅਲ ਦਿਲ ਮਸ਼ੀਨ ਫਿੱਟ ਕੀਤੀ ਗਈ। ਸਲਮਾ ਹੁਸੈਨ ਮੁਤਾਬਕ ਉਹ ਇਹ ਮਸ਼ੀਨ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਕਾਫ਼ੀ ਲੰਬਾ ਸਮਾਂ ਬਿਮਾਰ ਹੀ ਰਹੀ। ਇਸ ਮਸ਼ੀਨ ਵਿੱਚ 2 ਬੈਟਰੀਆਂ ਲੱਗੀਆਂ ਹਨ। ਇਸਦਾ ਪੰਪ ਦਿਲ ਵਾਂਗ ਸਾਰੇ ਅੰਗਾਂ ਨੂੰ ਖੂਨ ਸਪਲਾਈ ਕਰਦਾ ਹੈ। ਸਲਮਾ ਹੁਸੈਨ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਸਲਮਾ ਹੁਸੈਨ ਨੇ ਦੱਸਿਆ ਸੀ ਕਿ ਇਸ ਮਸ਼ੀਨ ਦੀ ਬੈਟਰੀ ਖਤਮ ਹੋਣ ਤੇ ਇਸ ਨੂੰ ਬਦਲਣ ਦਾ ਸਮਾਂ ਸਿਰਫ 90 ਸੈਕਿੰਡ ਹੁੰਦਾ ਹੈ, ਜ਼ਰਾ ਜਿੰਨੀ ਦੇਰ ਮੌਤ ਦਾ ਕਾਰਨ ਬਣ ਸਕਦੀ ਹੈ। ਦੋਸਤੋ, ਤੁਸੀਂ ਦੇਖ ਸਕਦੇ ਹੋ ਵੀ ਸਾਇੰਸ ਅੱਜ ਕੱਲ੍ਹ ਕਿੱਥੇ ਤੱਕ ਪਹੁੰਚ ਗਈ ਹੈ ਅਤੇ ਸਾਡੇ ਲੋਕ ਧਰਮਾਂ ਨੂੰ ਲੈ ਕੇ ਹੀ ਲੜਦੇ ਆ ਰਹੇ ਹਨ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਦੋਸਤੋ, ਇਹ ਹੈ ਲੰਡਨ ਦੀ ਸਲਵਾ ਹੁਸੈਨ। ਇਸਦਾ ਦਿਲ ਸਰੀਰ ਵਿੱਚ ਨਹੀਂ ਬਲਕਿ ਇੱਕ ਬੈਗ ਦੇ ਵਿੱਚ ਧੜਕਦਾ ਹੈ ਤੇ ਫਿਰ ਵੀ ਜਿਉਂਦੀ ਹੈ। ਜੀ ਹਾਂ, ਇਹ ਆਰਟੀਫਿਸ਼ੀਅਲ ਦਿਲ 7 ਕਿਲੋ ਦੀ ਮਸ਼ੀਨ ਦੇ ਸਹਾਰੇ ਜਿਉਂਦੀ ਹੈ। ਇਸ ਬੈਗ ਨੂੰ ਆਪਣੇ ਨਾਲ ਹਰ ਜਗ੍ਹਾ ਲੈ ਕੇ ਜਾਂਦੀ ਹੈ। ਉਸਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਦੋਂ ਇਹ ਘਰ ਦੇ ਵਿੱਚ ਇਕੱਲੀ ਸੀ ਤਾਂ ਉਸਨੂੰ ਅਚਾਨਕ ਹਾਰਟ ਅਟੈਕ ਆਇਆ, ਪਰ ਉਹ ਘਬਰਾਈ ਨਹੀਂ ਤੇ ਹਿੰਮਤ ਜੁਟਾ ਕੇ ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਇਸਨੂੰ ਐਮਰਜੈਂਸੀ ਹਾਰਟ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਸੀ। ਪਰ ਡੋਨਰ ਨਾ ਮਿਲਣ ਕਾਰਨ ਤੇ ਇਹ ਸਰਜਰੀ ਬਹੁਤ ਔਖੀ ਹੋਣ ਕਰਕੇ ਇਸਦੀ ਜਾਨ ਬਚਾਉਣ ਲਈ ਇੱਕ ਆਰਟੀਫਿਸ਼ੀਅਲ ਦਿਲ ਮਸ਼ੀਨ ਫਿੱਟ ਕੀਤੀ ਗਈ। ਸਲਮਾ ਹੁਸੈਨ ਮੁਤਾਬਕ ਉਹ ਇਹ ਮਸ਼ੀਨ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਕਾਫ਼ੀ ਲੰਬਾ ਸਮਾਂ ਬਿਮਾਰ ਹੀ ਰਹੀ। ਇਸ ਮਸ਼ੀਨ ਵਿੱਚ 2 ਬੈਟਰੀਆਂ ਲੱਗੀਆਂ ਹਨ। ਇਸਦਾ ਪੰਪ ਦਿਲ ਵਾਂਗ ਸਾਰੇ ਅੰਗਾਂ ਨੂੰ ਖੂਨ ਸਪਲਾਈ ਕਰਦਾ ਹੈ। ਸਲਮਾ ਹੁਸੈਨ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਸਲਮਾ ਹੁਸੈਨ ਨੇ ਦੱਸਿਆ ਸੀ ਕਿ ਇਸ ਮਸ਼ੀਨ ਦੀ ਬੈਟਰੀ ਖਤਮ ਹੋਣ ਤੇ ਇਸ ਨੂੰ ਬਦਲਣ ਦਾ ਸਮਾਂ ਸਿਰਫ 90 ਸੈਕਿੰਡ ਹੁੰਦਾ ਹੈ, ਜ਼ਰਾ ਜਿੰਨੀ ਦੇਰ ਮੌਤ ਦਾ ਕਾਰਨ ਬਣ ਸਕਦੀ ਹੈ। ਦੋਸਤੋ, ਤੁਸੀਂ ਦੇਖ ਸਕਦੇ ਹੋ ਵੀ ਸਾਇੰਸ ਅੱਜ ਕੱਲ੍ਹ ਕਿੱਥੇ ਤੱਕ ਪਹੁੰਚ ਗਈ ਹੈ ਅਤੇ ਸਾਡੇ ਲੋਕ ਧਰਮਾਂ ਨੂੰ ਲੈ ਕੇ ਹੀ ਲੜਦੇ ਆ ਰਹੇ ਹਨ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਦੋਸਤੋ, ਇਹ ਹੈ ਲੰਡਨ ਦੀ ਸਲਵਾ ਹੁਸੈਨ। ਇਸਦਾ ਦਿਲ ਸਰੀਰ ਵਿੱਚ ਨਹੀਂ ਬਲਕਿ ਇੱਕ ਬੈਗ ਦੇ ਵਿੱਚ ਧੜਕਦਾ ਹੈ ਤੇ ਫਿਰ ਵੀ ਜਿਉਂਦੀ ਹੈ। ਜੀ ਹਾਂ, ਇਹ ਆਰਟੀਫਿਸ਼ੀਅਲ ਦਿਲ 7 ਕਿਲੋ ਦੀ ਮਸ਼ੀਨ ਦੇ ਸਹਾਰੇ ਜਿਉਂਦੀ ਹੈ। ਇਸ ਬੈਗ ਨੂੰ ਆਪਣੇ ਨਾਲ ਹਰ ਜਗ੍ਹਾ ਲੈ ਕੇ ਜਾਂਦੀ ਹੈ। ਉਸਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਦੋਂ ਇਹ ਘਰ ਦੇ ਵਿੱਚ ਇਕੱਲੀ ਸੀ ਤਾਂ ਉਸਨੂੰ ਅਚਾਨਕ ਹਾਰਟ ਅਟੈਕ ਆਇਆ, ਪਰ ਉਹ ਘਬਰਾਈ ਨਹੀਂ ਤੇ ਹਿੰਮਤ ਜੁਟਾ ਕੇ ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਇਸਨੂੰ ਐਮਰਜੈਂਸੀ ਹਾਰਟ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਸੀ। ਪਰ ਡੋਨਰ ਨਾ ਮਿਲਣ ਕਾਰਨ ਤੇ ਇਹ ਸਰਜਰੀ ਬਹੁਤ ਔਖੀ ਹੋਣ ਕਰਕੇ
ਇਸ ਦੀ ਜਾਨ ਬਚਾਉਣ ਲਈ ਇੱਕ ਆਰਟੀਫਿਸ਼ਲ ਦਿਲ ਮਸ਼ੀਨ ਫਿੱਟ ਕੀਤੀ ਗਈ। ਸਲਮਾ ਹੁਸੈਨ ਮੁਤਾਬਕ ਉਹ ਇਹ ਮਸ਼ੀਨ ਟਰਾਂਸਪਲਾਂਟ ਕਰਨ ਤੋਂ ਬਾਅਦ ਕਾਫ਼ੀ ਲੰਬਾ ਸਮਾਂ ਬਿਮਾਰ ਹੀ ਰਹੀ। ਇਸ ਮਸ਼ੀਨ ਵਿੱਚ 2 ਬੈਟਰੀਆਂ ਲੱਗੀਆਂ ਹਨ। ਇਸ ਦਾ ਪੰਪ ਦਿਲ ਵਾਂਗ ਸਾਰੇ ਅੰਗਾਂ ਨੂੰ ਖੂਨ ਸਪਲਾਈ ਕਰਦਾ ਹੈ। ਸਲਮਾ ਹੁਸੈਨ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ। ਸਲਮਾ ਹੁਸੈਨ ਨੇ ਦੱਸਿਆ ਸੀ ਕਿ ਇਸ ਮਸ਼ੀਨ ਦੀ ਬੈਟਰੀ ਖਤਮ ਹੋਣ 'ਤੇ ਇਸ ਨੂੰ ਬਦਲਣ ਦਾ ਸਮਾਂ ਸਿਰਫ 90 ਸੈਕਿੰਡ ਹੁੰਦਾ ਹੈ, ਜ਼ਰਾ ਜਿੰਨੀ ਦੇਰ ਮੌਤ ਦਾ ਕਾਰਨ ਬਣ ਸਕਦੀ ਹੈ। ਦੋਸਤੋ, ਤੁਸੀਂ ਦੇਖ ਸਕਦੇ ਹੋ ਵੀ ਸਾਇੰਸ ਅੱਜ ਕੱਲ੍ਹ ਕਿੱਥੇ ਤੱਕ ਪਹੁੰਚ ਗਈ ਹੈ ਅਤੇ ਸਾਡੇ ਲੋਕ ਧਰਮਾਂ ਨੂੰ ਲੈ ਕੇ ਹੀ ਲੜਦੇ ਆ ਰਹੇ ਹਨ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।